ਇੱਕ ਮੇਰੇ ਤਰਫੋਂ ਖਬਰ ਤਾਂ ਲਾ ਛੁੜਿਆ ਜਰਾ ਨਾ ਇਹ ਅਲੀ ਖਾਨ ਦਾ ਉਹ ਲਤੀਫਾ ਹੀ ਕਿ ਕੋ ਟੈਲੀਫੋਨਾ ਕਰਕੇ ਨਾ ਦੱਸਿਆ ਨਾ ਬੈਠਾ ਬਈ ਆਓ ਤੁਹਾਡੇ ਆਰਡਰ ਤੈਅ ਪੈਣ ਤੇ ਗਿਣ ਵੰਜੋ ਸਾਰੇ ਖਾਸ ਕਰ ਅਲੇ ਤਸ਼ੀਹ ਦੇ ਵਿੱਚ ਨਾ ਉਹਨਾਂ ਕੋ ਵਾਰਡ ਬੁਆਏ ਤੇ ਕਹਿ ਕੋ ਇਆਂ ਲਾ ਉਹ ਸਟ੍ਰੈਚਰ ਮੈਨ ਦੇਂਦਾ ਪਿਆ ਕਹਿ ਕੋ ਕਹਿਰੇ ਇਹ ਸਾਰੇ ਅਕਲੀਅਤਾਂ ਦੇ ਪੋਸਟ ਆਈਨ ਇਹ ਸਾਰੇ ਅਹਿਲ ਤਸ਼ੀਹ ਕੋ ਦੇਂਦਾ ਬੈਠਾ ਮਿਹਰਬਾਨੀ ਕਰੇ ਇਹ ਖਬਰ ਲਾਵੇ ਕਿ ਬਈ ਜਿਹੜਾ ਨਾ ਅਸਾਂ ਕਿਉਂ ਕੋਈ ਅਕਲੀਅਤ ਹੀ ਚਾਹੇ ਅਸਲੀ ਪੋਸਟਾਂ ਤੂੰ ਸਾਰੇ ਪਠਾਣਾ ਦੇ ਵਿੱਚ ਇਹਦਾ ਵਹਿੰਦਾ ਇਹ ਲਤੀਫਾ ਇਹ ਜੰਗਲਾਤ ਵਿੱਚ ਜ਼ਰਾਤ ਵਿੱਚ ਆਪਣਾ ਉਹ ਬਹਿ ਜਿਤਨੇ ਆਪਾਸ਼ੀ ਵਾਲਾ ਮਹਿਕਮਾ ਹੈ ਇਰੀਗੇਸ਼ਨ ਪਬਲਿਕ ਹੈਲਥ ਉੱਥੇ ਸਾਰੇ ਪੋਸਟਾਂ ਤੇ ਵੇਚਣ ਤੇ ਅਸਾਂ ਤੁਹਾਡੇ ਇਹਨਾਂ ਪੋਸਟਾਂ ਵਾਸਤੇ ਤੁਹਾਡੇ ਤੱਕ ਲੋਕ ਆ ਸ਼ੁਕਰ ਹੈ ਅਸਾਂ ਤਾਂ ਆਪਣਾ ਹੀ ਗੁਨਾਹ ਚ ਗਏ ਨੇ ਜੋ ਤੱਕ ਵੋਟ ਹੀ ਨਹੀਂ ਸੀ ਦਿੱਤਾ ਲੇਕਿਨ ਸਾਡੀ ਕੌਮ ਕੋ ਤੂੰ ਇਤਨਾ ਘਟੀਆ ਨਾ ਸਮਝ ਕਿ ਜਿਹੜਾ ਨਾ ਤੂੰ ਉਹਨਾਂ ਕੋ ਜੋ ਹੈ ਨਾ ਹਸਪਤਾਲ ਵਿੱਚ ਪਹਿਲੇ ਸਲੀਪਰ ਲਾਇਆ ਵੀ ਹੁਣ ਜਿਹੜਾ ਨਾ ਉਹਨਾਂ ਕੋ ਵਾਰਡ ਬੁਆਏ ਜਿਹੜੇ ਘਟੀਆ ਕੋਲ ਘਟੀਆ ਕੰਮ ਆਉਂਦੇ ਨੇ ਵਾਰਡਾਂ ਦੇ ਵਿੱਚ ਜਿਹੜਾ ਨਾ ਲੋਕਾਂ ਦੇ ਚਾਦਰਾਂ ਪੂੰਝਣੇ ਆਉਂਦੇ ਨੇ ਇਹ ਕਰਨੇ ਆਉਂਦੇ ਨੇ ਬੜੀ ਅਫਸੋਸ ਦੀ ਗੱਲ ਹੈ ਜਿਹੜਾ ਨਾ ਇਹ ਜ਼ਰੂਰ ਮੇਰੇ ਤਰਫ ਚਲਾ ਮੈਂ ਅਖਬਾਰ ਦੇ ਉੱਤੇ ਚਲਾ ਦੇ ਗਰੁੱਪ ਦੇ ਵਿੱਚ ਜਾਂ ਕਰ ਛੋੜ ਠੀਕ ਹੈ ਨਾ ਮਿਹਰਬਾਨੀ ਸੈਯਦ ਨਜਮੁ ਹਸਨ ਸ਼ਾਹ ਕਨਵੀਨੀਅਰ ਸ਼ੀਆ ਐਕਸ਼ਨ ਕਮੇਟੀ ਡੇਰਾ ਇਸਮਾਇਲ ਖਾਨ ਠੀਕ ਹੈ ਨਾ ਈ ਲਫ਼ਜ਼ ਦੇ ਨਾਲ ਈ ਅਹੁਦੇ ਦੇ ਨਾਲ ਮੇਰੀ ਕਨਵੀਨੀਅਰ ਸ਼ੀਆ ਐਕਸ਼ਨ ਕਮੇਟੀ ਇਹ ਜ਼ਰੂਰ ਖਬਰ ਚਲਾ